ਤੁਸੀਂ ਕਦੇ ਪੁੱਤ ਦੀ ਲਾਸ਼ ਨੂੰ ਥਾਪੀ ਮਾਰ ਕੇ ਸੰਸਕਾਰ ਕਰਕੇ ਵੇਖੋ ਕੀ ਦਰਦ ਹੁੰਦਾ। ਅੰਮ੍ਰਿਤਪਾਲ ਤਾਂ ਭਾਈ 16 ਤਰੀਕ ਨੂੰ ਮੇਰਾ ਲੁਧਿਆਣੇ GNE ਕਾਲਜ 'ਚ ਪ੍ਰੋਗਰਾਮ ਸੀ, ਉੱਥੇ ਬੱਚੇ ਨੇ ਡਿਗਰੀ ਕੀਤੀ ਸੀ ਅਤੇ ਮੈਨੂੰ ਉਹਨਾਂ ਨੇ ਮੁੱਖ ਮਹਿਮਾਨ ਵਜੋਂ ਬੁਲਾਇਆ ਸੀ ਬੱਚਿਆਂ ਨੂੰ ਮਿਲਣ ਵਾਸਤੇ। ਉਹ ਇੱਥੇ ਮੇਰੇ ਪਿੰਡ ਫਿਰਦਾ ਸੀ, ਚਲ ਮੈਂ ਉਹਨੂੰ ਨਹੀਂ ਮਿਲ ਸਕਿਆ, ਮੈਂ ਘਰ ਆਈ ਨਹੀਂ ਸੀ, ਨਾ ਮੈਨੂੰ ਕਿਸੇ ਉਹਦੇ ਆਉਣ ਦੀ ਕੋਈ ਸੂਚਨਾ ਸੀ, ਤੁਸੀਂ ਉਹਦੇ ਉਹਨੂੰ ਫੜ ਲੈਂਦੇ। ਉਸ ਤੋਂ ਬਾਅਦ ਵੀ ਉਹ ਆਪਦੇ ਘਰ ਬੈਠਾ ਸੀ, ਕਿਤੇ ਬਾਹਰ ਭੱਜਿਆ ਹੋਇਆ ਨਹੀਂ ਸੀ। ਵੀਰੋ, ਜਿਹੜੇ ਢੰਗ ਨਾਲ ਆਪਾਂ ਨੂੰ ਇਹ ਬੇਵਕੂਫ ਬਣਾ ਰਹੀਆਂ ਨੇ ਦੋਨੇ ਸਰਕਾਰ, ਕੇਂਦਰ ਵੀ ਸਟੇਟ ਵੀ, ਇੱਕ ਭੰਬਲ ਭੂਸਾ ਖੜਾ ਕਰ ਲਿਆ। ਸਿੱਧੂ ਦੀ ਸ਼ਹਾਦਤ ਤੁਹਾਡੇ ਮਨਾਂ ਦੇ ਵਿੱਚ ਗੁੱਸਾ ਹੈ। ਮੈਂ ਤੁਹਾਨੂੰ ਕਿਸੇ ਨੂੰ ਦੇਖੋ ਸੱਦਾ ਦੇ ਕੇ ਕਦੇ ਕਿਸੇ ਨੂੰ ਬੁਲਾਇਆ? ਜਿਹਦੇ ਮਨ ਦੇ ਵਿੱਚ ਇੱਥੋਂ ਵੱਟਾ ਚੜ੍ਹਦਾ ਉਹ ਬੰਦਾ ਚੱਲ ਕੇ ਮੇਰੇ ਕੋਲ, ਬਹੁਤਾ ਸਿਆਣਾ ਬੰਦਾ ਮੇਰੇ ਕੋਲ ਵੀ ਨਹੀਂ ਹੁੰਦਾ, ਜਿਹੋ ਜਿਹਾ ਮੈਂ ਹਾਂ ਮੇਰੇ ਵਰਗੇ ਮੈਨੂੰ ਮਿਲਣਾ। ਮੋਦੀ ਜੀ ਤੋਂ ਮੈਂ ਵੀ ਕਹਿੰਦਾ ਉਹਨਾਂ ਨੂੰ ਪਰੇ ਰਹਿ ਰਾਜੀ, ਜਿਹਦੇ ਘਰ ਫੇਸਬੁੱਕਾਂ 'ਚ ਬੈਠੇ ਸੁਝਾਅ ਦਿੰਦੇ ਹੈ ਨਾ, ਕਹਿਣੀ ਗੱਲ ਸੌਖੀ ਹੈ। ਤੁਸੀਂ ਕਦੇ ਪੁੱਤ ਦੀ ਲਾਸ਼ ਨੂੰ ਥਾਪੀ ਮਾਰ ਕੇ ਸੰਸਕਾਰ ਕਰਕੇ ਵੇਖਿਓ ਕੀ ਦਰਦ ਹੁੰਦਾ। ਔਰ ਘਰ ਦੇ ਵਿੱਚ ਇੱਕੋ ਹੀ ਸੰਤਾਨ ਤੁਹਾਡੀ ਹੋਵੇ, ਔਰ ਇੰਨਾ ਨਿਹਾਇਤ ਕਾਬਲ ਇਨਸਾਨ ਹੋਵੇ, ਇੰਨਾ ਕਾਮਯਾਬ ਬੱਚਾ, ਇੰਨਾ ਆਗਿਆਕਾਰੀ ਜਵਾਕ ਹੋਵੇ, ਤੇ ਤੁਸੀਂ ਬਿਨਾਂ ਕਾਨੂੰਨ ਤੋਂ ਮਾਰ ਕੇ ਉਹਦੀਆਂ ਹੱਡੀਆਂ ਘਰੇ ਭੇਜ ਦਿਓ, ਕੰਧਾਂ ਖਾਣ ਨੂੰ ਆਉਂਦੀਆਂ ਨੇ ਭਗਵੰਤ ਮਾਨ ਸਾਹਿਬ, ਕਦੇ ਤੁਹਾਨੂੰ ਨਹੀਂ ਪਤਾ ਇਸ ਗੱਲ ਦਾ? ਤੁਸੀਂ ਗੱਲ ਤਾਂ ਆਮ ਹੋਣ ਦੀ ਕਰਦੇ ਹੋ ਵੀ ਮੇਰੇ ਤੋਂ ਵੱਧ ਕਿਸੇ ਨੂੰ ਜਾਣਕਾਰੀ ਨਹੀਂ। ਤੁਸੀਂ ਕਦੇ ਪੁੱਤ ਦੀ ਲਾਸ਼ ਨੂੰ ਥਾਪੀ ਮਾਰ ਕੇ ਸੰਸਕਾਰ ਕਰਕੇ ਵੇਖਿਓ ਕੀ ਦਰਦ ਹੁੰਦਾ। ਅੰਮ੍ਰਿਤਪਾਲ ਤਾਂ ਭਾਈ 16 ਤਰੀਕ ਨੂੰ ਮੇਰਾ ਲੁਧਿਆਣੇ GNE ਕਾਲਜ 'ਚ ਪ੍ਰੋਗਰਾਮ ਸੀ, ਉੱਥੇ ਬੱਚੇ ਨੇ ਡਿਗਰੀ ਕੀਤੀ ਸੀ ਅਤੇ ਮੈਨੂੰ ਉਹਨਾਂ ਨੇ ਮੁੱਖ ਮਹਿਮਾਨ ਵਜੋਂ ਬੁਲਾਇਆ ਸੀ ਬੱਚਿਆਂ ਨੂੰ ਮਿਲਣ ਵਾਸਤੇ। ਉਹ ਇੱਥੇ ਮੇਰੇ ਪਿੰਡ ਫਿਰਦਾ ਸੀ, ਚਲ ਮੈਂ ਉਹਨੂੰ ਨਹੀਂ ਮਿਲ ਸਕਿਆ, ਮੈਂ ਘਰ ਆਈ ਨਹੀਂ ਸੀ, ਨਾ ਮੈਨੂੰ ਕਿਸੇ ਉਹਦੇ ਆਉਣ ਦੀ ਕੋਈ ਸੂਚਨਾ ਸੀ, ਤੁਸੀਂ ਉਹਦੇ ਉਹਨੂੰ ਫੜ ਲੈਂਦੇ। ਉਸ ਤੋਂ ਬਾਅਦ ਵੀ ਉਹ ਆਪਦੇ ਘਰ ਬੈਠਾ ਸੀ, ਕਿਤੇ ਬਾਹਰ ਭੱਜਿਆ ਹੋਇਆ ਨਹੀਂ ਸੀ। ਵੀਰੋ, ਜਿਹੜੇ ਢੰਗ ਨਾਲ ਆਪਾਂ ਨੂੰ ਇਹ ਬੇਵਕੂਫ ਬਣਾ ਰਹੀਆਂ ਨੇ ਦੋਨੇ ਸਰਕਾਰ, ਕੇਂਦਰ ਵੀ ਸਟੇਟ ਵੀ, ਇੱਕ ਭੰਬਲ ਭੂਸਾ ਖੜਾ ਕਰ ਲਿਆ। ਸਿੱਧੂ ਦੀ ਸ਼ਹਾਦਤ ਤੁਹਾਡੇ ਮਨਾਂ ਦੇ ਵਿੱਚ ਗੁੱਸਾ ਹੈ? ਮੈਂ ਤੁਹਾਨੂੰ ਕਿਸੇ ਨੂੰ ਦੇਖੋ ਸੱਦਾ ਦੇ ਕੇ ਕਦੇ ਕਿਸੇ ਨੂੰ ਬੁਲਾਇਆ? ਜਿਹਦੇ ਮਨ ਦੇ ਵਿੱਚ ਇੱਥੋਂ ਵੱਟਾ ਚੜ੍ਹਦਾ ਉਹ ਬੰਦਾ ਚੱਲ ਕੇ ਮੇਰੇ ਕੋਲ, ਬਹੁਤਾ ਸਿਆਣਾ ਬੰਦਾ ਮੇਰੇ ਕੋਲ ਵੀ ਨਹੀਂ ਹੁੰਦਾ, ਜਿਹੋ ਜਿਹਾ ਮੈਂ ਹਾਂ ਮੇਰੇ ਵਰਗੇ ਮੈਨੂੰ ਮਿਲਣਾ। ਮੋਦੀ ਜੀ ਤੋਂ ਮੈਂ ਵੀ ਕਹਿੰਦਾ ਉਹਨਾਂ ਨੂੰ ਪਰੇ ਰਹਿ ਕੇ ਰਾਜੀ, ਜਿਹਦੇ ਘਰ ਫੇਸਬੁੱਕਾਂ 'ਚ ਬੈਠੇ ਸੁਝਾਅ ਦਿੰਦੇ ਹੈ ਨਾ, ਕਹਿਣੀ ਗੱਲ ਸੌਖੀ ਹੈ। ਤੁਸੀਂ ਕਦੇ ਪੁੱਤ ਦੀ ਲਾਸ਼ ਨੂੰ ਥਾਪੀ ਮਾਰ ਕੇ ਸੰਸਕਾਰ ਕਰਕੇ ਵੇਖਿਓ ਕੀ ਦਰਦ ਹੁੰਦਾ। ਔਰ ਘਰ ਦੇ ਵਿੱਚ ਇੱਕੋ ਹੀ ਸੰਤਾਨ ਤੁਹਾਡੀ ਹੋਵੇ, ਔਰ ਇੰਨਾ ਨਿਹਾਇਤ ਕਾਬਲ ਇਨਸਾਨ ਹੋਵੇ।